ਹੈਲੋ ਯੂਟਿਊਬ, ਕੀ ਹਾਲ ਚਾਲ ਨੇ? ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ, ਵਧੀਆ ਹੀ ਚਾਹੀਦੇ ਹੋ। ਕਿਵੇਂ ਹੋ? ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਦਿਨ ਹੈਗਾ ਐਤਵਾਰ, ਅਤੇ ਅੱਜ ਆਪਾਂ ਘਰ ਹੀ ਹਾਂ, ਬਾਹਲੇ ਕੰਮ ਕੁੰਮ ਨਹੀਂ ਕਰਨੇ। ਅਤੇ ਇੱਧਰ ਹੈਗੀ ਮੈਗੀ, ਅਤੇ ਇੱਧਰ ਬਾਹਰ ਕੰਮ ਚੱਲਦਾ, ਉੱਧਰ ਪਹੀ ਬਣਦੀ ਹੈ, ਲੋਕ ਇੱਟ ਲਾਉਣ ਲੱਗੇ ਹੋਏ ਨੇ। ਅਤੇ ਰਾਤ ਮੀਂਹ ਬਹੁਤ ਆਇਆ ਯਾਰ, ਮੀਂਹ ਨੇ ਖਰਾਬ ਬਹੁਤ ਕਰਿਆ। ਅਤੇ ਪੰਜਾਬ ਦੀ ਕਈ ਥਾਵਾਂ 'ਤੇ ਯਾਰ ਬਰਫ਼ਬਾਰੀ ਵੀ ਹੋਈ ਹੈ ਯਾਰ, ਗੜੇ ਪਏ ਨੇ ਨਾ, ਗੜਿਆਂ ਦਾ ਨੁਕਸਾਨ ਬਥੇਰਾ ਹੋਇਆ ਗਾ। ਅਤੇ ਮੈਂ ਬੈਠਾ ਗੇਟਾਂ ਮੂਹਰੇ, ਮੈਂ ਬੈਗ ਯਾਰ 'ਤੇ, ਮੈਂ ਚੱਲ ਮਗਰ ਜਾ ਗੇਟਾਂ ਮੂਹਰੇ ਬਹਿੰਦੇ। ਰਾਤ ਮੀਂਹ ਮੂੰਹ ਬਹੁਤ ਪਿਆ ਯਾਰ, ਅਤੇ ਇੱਧਰੋਂ ਕੰਮ ਕਰਦੇ ਨੇ। ਚਲੋ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ। ਅਤੇ ਮੌਸਮ ਵਧੀਆ ਹੈਗਾ, ਸੁਹਾਣਾ। ਹਾਂਜੀ, ਆਹ ਦੇਖੋ ਜੀ, ਅਖਬਾਲ ਪੂਰਾ ਟਰੈਕਟਰ ਦਾ ਜ਼ੋਰ ਲਵਾਈ ਜਾਂਦਾ ਹੈਗਾ, ਟਰੈਕਟਰ ਦੱਬਦਾ ਗਾ ਤਾਂ ਦੱਬਦਾ ਤਾਂ ਹੈਗਾ, ਕੱਲ੍ਹ ਪੈ ਗਿਆ ਮੀਂਹ ਅਤੇ ਮਿੱਟੀ ਵੀ ਕੱਲ੍ਹ ਹੀ ਸਿੱਟੀ ਸੀ, ਅਤੇ ਉਹਦੇ ਕਰਕੇ ਮਿੱਟੀ ਜੰਮੀ ਨਹੀਂ ਹੈਗੀ। ਅਤੇ ਉੱਧਰ ਸਲਾਹਾਂ ਕਰਦੇ ਨੇ ਤਿੰਨ ਚਾਰ ਜਾਣੇ ਖੜ੍ਹੇ, ਅਤੇ ਦੋ ਜਾਣੇ ਤਮਾਸ਼ਾ ਦੇਖਦੇ ਨੇ, ਬਾਕੀ ਗੱਲਾਂ ਕਰਦੇ। ਚਲੋ ਆਪਾਂ ਉਹਨਾਂ ਨੂੰ ਜਾ ਕੇ ਮਿਲਦੇ ਹਾਂ, ਮਿਲ ਕੇ ਫਿਰ ਦੇਖਦੇ ਕੀ ਕਰਦੇ। ਉੱਠ ਗਏ, ਚਲੋ ਅਸੀਂ ਚੱਲੀਏ। ਇੱਧਰ ਆ ਡਰਾਈਵਰ, ਜਿਹਨੇ ਟਰੈਕਟਰ ਦੱਸਿਆ। ਇਹ 'ਚ ਕਰੰਟ ਤਾਂ ਨਹੀਂ ਹੈਗਾ? ਇਹ ਡਰਾਈਵਰ ਦੇਖੋ, ਡਰਾਈਵਰ ਓਹੋ ਗੱਲਾਂ ਪਾਊ ਬਲਾਕ 'ਚ। ਇਹ ਡਰਾਈਵਰ ਝੂਠੀ ਦਾ ਰਹਿ ਦੇ, ਰਹਿ ਦੇ ਰਹਿ। ਇਹਦਾ ਟਰਾਲੀ ਨਹੀਂ ਖਿੱਚੀ ਜਾਂਦੀ, ਇਹ ਟਰੈਕਟਰ ਦਾ ਕਸੂਰ ਨਹੀਂ, ਡਰਾਈਵਰ ਦਾ ਕਸੂਰ ਆ। ਉਹ ਖੜਾ ਕਰੀ, ਓਏ ਓ ਪਾਲੇ ਖੜਾ ਕਰੀ, ਫੋਟੋ ਵਿੱਚ ਲਈ। ਇਹ ਤੋਂ ਖਿੱਚਿਆ ਨਹੀਂ ਜਾਂਦਾ, ਇਹ ਟਰੈਕਟਰ ਦਾ ਕਸੂਰ ਨਹੀਂ, ਡਰਾਈਵਰ ਦਾ ਕਸੂਰ ਆ। ਅਤੇ ਪਹੀ ਦਾ ਜੱਖਣਾ ਵੜਦੀ, ਇਹਨੇ ਜੱਖਣਾ ਵੜਦੀ ਪਹੀ ਦੀ, ਪਹੀ ਦੀ ਜੱਖਣਾ ਵੜਦੀ। ਬਸ ਕਹਿਣਾ ਚਾਹੁੰਦੇ ਹੋ ਨਿਕਲਿਆ 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 ਨਿਕਲਿਆ, ਫੇਰ ਭਜਗਾ ਫੇਰ ਭਜਗਾ। ਹੁਣ ਉੱਧਰ ਮਗਰ ਮਿੱਟੀ ਪਾਉਂਦੇ ਆ। ਕੁਝ ਕਹਿਣਾ ਚਾਹੁੰਦੇ ਡਰਾਈਵਰ ਸਾਹਿਬ? ਆਟੋ ਤੈਨੂੰ ਪਾਏਗਾ, ਡਰਾਈਵਰ ਸਾਹਿਬ ਫਿਰ ਚੜ੍ਹ ਚੁੱਕੇ ਨੇ। ਇਹ ਬੈਕ ਤਾਂ ਕਰ ਲੈਂਦੇ, ਪਰ ਅੱਗੇ ਨੂੰ ਜੋ ਉੱਧਰ ਰਾਤ ਮੀਂਹ ਆਇਆ ਸੀ ਨਾ, ਉਹਨਾਂ ਪੈਸੀ ਦਾਬ ਗਈ। ਦੇਖ ਦੇਖ ਮਾਲਕ ਕਹਿੰਦੇ ਰਹਿਣ ਦਿਓ, ਮਾਲਕ ਕਹਿੰਦੇ ਰਹਿਣ ਦਿਓ, ਡਰਾਈਵਰ ਚੇਂਜ ਕਰੋ। ਉਹ ਡਰਾਈਵਰ ਚੇਂਜ ਹੋਊਗਾ। ਇੱਧਰੋਂ ਦੇਖੋ ਕਿੰਨਾ ਟਰੈਕਟਰ ਥੱਲੇ ਦਾ ਹੋਇਆ, ਇਹ ਸਾਰੀ ਯਾਰ ਰਾਤ ਮੀਂਹ ਪੈ ਗਿਆ ਨਾ, ਉਹਦੇ ਕਰਕੇ ਫਿਰ ਇਹ
ਮਿੱਟੀ ਤਾਜ਼ੀ ਸੀ। ਟਰੈਕਟਰ ਦੀ ਗਲਤੀ ਨੀ, ਡਰਾਈਵਰਾਂ ਦੀ ਗਲਤੀ। ਕਾਰ ਡਰਾਈਵਰ ਜੀ, ਤਿੰਨ ਡਰਾਈਵਰਾਂ ਦਾ ਇੱਕ ਟਰੈਕਟਰ ਨਿਕਲਿਆ, ਇਹਦਾ ਗੱਲ ਕਰ ਬੈਠ ਨੀ ਬੈਠਿਆ, ਨਹੀਂ ਤਾਂ ਚੜ ਜਾਂਦਾ ਨਹੀਂ ਵਿਖਾਉਂਦਾ। ਨਹੀਂ ਮੀਂਹ ਤਾਂ ਘੱਟ ਹੀ ਪਿਆ, ਮਿੱਟੀ ਤਾਜ਼ੀ ਸਿੱਟੀ ਹੋਈ ਸੀ, ਐਂ ਕਹਿਣਾ ਚਾਹੁੰਦੇ? ਹਾਂ, ਮਿੱਟੀ ਤਾਜ਼ੀ ਸਿੱਟੀ, ਉੱਤੋਂ ਦੀ ਮੀਂਹ ਪੈ ਗਿਆ, ਥੱਲੇ ਬਹਿ ਗਏ। ਯਾਦ ਹੁਣ ਹਰਕਤਾਂ ਦੇ ਕੱਪੜਾ ਪਾਉਣ, ਉਹ ਯਾਦ ਇੱਕ ਡਰਾਈਵਰ ਦਾ ਗਿਆ ਫਾਰਮ 'ਤੇ 300 ਬਿੱਘੇ ਵਾਲੇ 'ਤੇ, ਇੱਧਰ ਆ ਗਰਿਆਲ ਦੀ ਕਣਕ ਡੈਪੀ। ਹੁਣ ਆਪਣੇ ਵਾਲੀ ਦੇਖਦੇ ਹਾਂ, ਰਾਤ ਕਹਿੰਦਾ ਤੂਫਾਨ ਬਹੁਤ ਆਇਆ ਸੀ, ਆਇਆ ਸੀ ਤੂਫਾਨ? ਆਹੋ, ਤੂਫਾਨ ਬਹੁਤ ਆਇਆ ਸੀ ਰਾਤ ਤੂਫਾਨ। ਹੁਣ ਚੱਲਿਆ ਫਾਰਮ 'ਤੇ ਗੇੜਾ ਮਾਰਨ, ਦੇਖੋ 300 ਬਿੱਘਾ ਡਿੱਗਿਆ ਜਾਂ ਨਹੀਂ ਡਿੱਗਿਆ। ਸਰਪ੍ਰਾਈਜ਼ ਸਰਪ੍ਰਾਈਜ਼ ਸਰਪ੍ਰਾਈਜ਼, ਮਤਲਬ ਫਾਸ ਫਾਸ ਗਾਲ ਨਿਕਲ ਆਪਣੀ 300 ਬਿੱਘਾ ਡਿੱਗਿਆ ਨਹੀਂ ਹੈਗਾ, ਖੜਾ ਹੈਗਾ ਬਸ, ਇੱਧਰ ਕੋਠੀ ਕਰਨੀ ਆ, ਇਹ ਬਸ ਗੁੱਸੂ ਮੁੱਖੂ ਜਿਹਾ ਹੋਇਆ, ਕੁੱਤੂ ਮੁੱਤੂ ਜਿਹਾ ਹੋਇਆ ਹੈਗਾ। ਹੁਣ ਤਾਂ ਲਾਲ ਜੀ ਹੋਣ ਲੱਗ ਗਏ ਨਾ ਬਈ, ਹੁਣ ਤਾਂ ਕਣਕ ਜੀ ਲਾਲ ਜੀ ਹੋਣ ਲੱਗ ਗਈ, ਰੈੱਡ ਦੀ ਸ਼ਾਈਨਿੰਗ ਮਾਨ ਲੱਗ ਗਈ ਸਾਰਿਆਂ ਨੂੰ ਪਹਿਲਾਂ। ਤਦਰ ਜੱਗੀ ਉਹ ਜਮੀਂ ਡੈਪੀ ਯਾਰ, ਚੱਲ ਕੋਈ ਨਾ ਪੱਠੀ ਵੜਨੇ ਵੜਨ, ਜਮੀਂ ਡੈਪੀ ਚੰਮੀ ਉਹਦੇ ਕਿੰਨੀ ਡਿੱਗੀ ਉਹ ਗੱਲ ਕਰਾਂ ਮੈਂ, ਵੜਤੀ ਜਿਹੜੀ ਡਿੱਗੀ ਡਿੱਗੀ ਹੋਈ ਸੀ ਉਦਣ, ਪਰ ਹੁਣ ਤਾਂ ਵੱਡਾ ਸਵਾਦ ਜਿਹਾ ਨਹੀਂ ਆਉਂਦਾ ਜਮੀਂ ਦਾ ਯਾਰ, ਹੁਣ ਤਾਂ ਹੋਰ ਹੀ ਹੋਊਗੀ ਜਿਵੇਂ ਖੁੱਤ ਖੁੱਤ ਜੀ ਨਹੀਂ ਹੁੰਦੀ। ਉਹ ਦੇਖੋ ਜਮੀਂ ਡੈਪੀ ਆਪਣੀ ਇੱਕ ਵਾਰੀ ਫਿਰ ਤੂੰ ਸੂਰਜ ਦਿਖਾਈਏ, ਉਹ ਤਾਂ ਕੁਛ ਦਿਖਾ ਨਹੀਂ ਸਕਦੇ, ਚੁੱਕੋ ਦੇਖੋ ਸੂਰਜ ਉੱਧਰ ਤੁਸੀਂ ਦੇਖਿਆ ਹੀ ਆ। ਹੁਣ ਜਿਵੇਂ ਟਰੈਕਟਰ ਧੁੱਸ ਗਿਆ ਸੀ ਉੱਧਰ, ਅਤੇ ਉਹ ਮੀਂਹ ਰਾਤ ਵੱਧ ਪਿਆ ਸੀ, ਅਤੇ ਮਿੱਟੀ ਤਾਜ਼ੀ ਸਿੱਟੀ ਸੀ, ਉਹਦੇ ਕਰਕੇ ਟਰੈਕਟਰ ਧੁੱਸ ਗਿਆ ਸੀ। ਅਤੇ ਹੁਣ ਚੱਲਦੇ ਹਾਂ ਨਾਈ ਕੋਲ, ਬਾਲ ਜੇ ਸੈੱਟ ਹੋ ਜਾਣਗੇ ਅਤੇ ਇੱਕ ਮਾਲਸ ਹੋ ਜੂ ਮਾਲਸ, ਚਲੋ ਮਿਲਦੇ ਹਾਂ ਟੈਂਟ ਮਸਾਜ ਕਰਾ ਕੇ। ਆਉਂਦਾ ਤਾਂ ਆਰਾਮ ਹੀ ਆ, ਆਉਂਦਾ ਤਾਂ ਆਰਾਮ ਹੀ ਆ, ਇਹਨੂੰ ਝਾੜੂ ਚੱਬਣ ਦੀ ਅੱਟ ਪੈ ਗਈ ਤੈਨੂੰ, ਹੈ ਝਾੜੂ ਛੱਡ। ਤੈਨੂੰ ਪੱਠੇ ਨਹੀਂ ਮਿਲਦੇ, ਪੱਠੇ ਨਹੀਂ ਮਿਲਦੇ ਤੈਨੂੰ, ਤੂੰ ਝਾੜੂ ਚੱਬ ਰਹੀ ਆ, ਦੱਸ ਮੈਨੂੰ, ਦੱਸ ਮੈਨੂੰ, ਹੈ ਹੁਣ ਖੜੀ ਆ ਤੇ ਸਾਊ ਜੀ ਬਣੀ ਕੁਛ ਕੁਛ। ਚਲੋ ਹੁਣ ਰੋਟੀ ਰੋਟੀ ਖਾਂਦੇ ਹਾਂ, ਰੋਟੀ ਖਾ ਕੇ ਫਿਰ ਦੇ ਦਾਂਗੇ ਕੰਮ ਕੁੰਮ ਕੱਢਦੇ ਹਾਂ। ਉਹ ਰਾਤ ਦਹੀਂ ਜਮਾਇਆ ਨਹੀਂ ਹੈਗਾ, ਹੁਣ ਚੱਲਿਆ ਬਿੱਲੇ ਤੋਂ ਦਹੀਂ ਲੈਣ, ਚੱਕਦੇ ਹਾਂ ਬੋਲਟ, ਬੋਲਟ ਚੱਕਦੇ ਹਾਂ ਬੋਲਟ, ਉਹ ਬੋਲਟ ਨਹੀਂ ਚੱਕਣਾ, ਆਹ ਬੋਲਟ ਚੱਕਣਾ ਜਿਹੜਾ ਤੁਸੀਂ ਪਿਛਲੇ ਬਲੌਗ 'ਚ ਵੀ ਦੇਖਿਆ ਸੀ। ਬਿੱਲੇ ਦੀ ਦੁਕਾਨ 'ਤੇ ਬਿੱਲੇ ਤਾਂ ਲੈਂਦੇ ਹਾਂ ਦਹੀਂ, ਬਿੱਲੇ ਦਹੀਂ ਤਾਂ ਦੇ ਦੇ, ਹੈਗਾ ਦਹੀਂ ਬਿੱਲਾ ਜੀ? ਇੱਕ ਮਿੰਟ ਵੀਰੇ, ਕੀ ਬਣਾਉਣ ਲੱਗਾ? ਕੀ ਬਣਾਉਣਾ ਪਾਸਤਾ ਦੇ, ਕੀ ਬਣਾਉਣਾ? ਬੇਸਣ ਬਣਾਉਂਦਾ, ਬੇਸਣ ਵਾਲੀ ਬਰਫੀ, ਇਹ ਤਾਜ਼ੀ ਬਣਾਉਂਦਾ ਹੁੰਦਾ, ਬਣਾਉਂਦਾ ਵੀ ਉੱਨੀ ਕੁ ਜਿੰਨੀ ਕੁ ਲੱਗ ਜੂ, ਇਹਨਾਂ ਇੱਕ ਦੋ ਦਿਨਾਂ ਦੀ ਹੁੰਦੀ ਆ ਫਿਰ ਲੱਗ ਜਾਂਦੀ, ਤਾਜ਼ੀ ਬਣਾਉਂਦਾ ਬਿੱਲਾ ਜਿੱਲਾ ਤਾਜ਼ੀ। ਹਾਂਜੀ ਬਾਬਾ ਜੀ,
ਕੀ ਹੋਇਆ ਕੰਡੇ ਨੂੰ ਜੀ? ਜੀਰੋ ਨਹੀਂ ਕਰਦਾ, ਕਰਦਾ ਜੀਰੋ ਨਹੀਂ ਕਰਦਾ, ਬੈਟਰੀ ਡਾਊਨ ਹੋ ਗਈ ਫਿਰ ਲੱਗਦਾ ਮੈਨੂੰ, ਮੈਂ ਚਾਰਜ ਤੱਕ ਲਾਈ ਰੱਖਿਆ ਬੈਟਰੀ ਡਾਊਨ ਆਈ ਬਿੱਲਾ ਕੰਡੇ ਵੀ ਲੋਡ ਕਰਦਾ ਬਿੱਲਾ ਕੰਡੇ ਵੀ ਲੋਡ ਕਰਦਾ ਜਿਹੜੀ ਦੱਸ ਤਾਂ ਕਹਿੰਦਾ ਬੈਟਰੀ ਲੋ ਹੋ ਗਈ ਖਰਾਬ ਤਾਂ ਨਹੀਂ ਆ ਬਿੱਲੇ ਉਹ ਜੀ ਏ ਸੀ ਕਰੰਟ ਮਿਲਣ ਲੱਗ ਗਈ ਆ ਦੇਖੋ ਹਾਂਜੀ ਦੋ ਮਿੰਟ ਚਾਰਜ ਹੋ ਲਾਂ ਤੁਸੀਂ ਖਰੀਦ ਲਿਆ ਤੇ ਹੁਣ ਚੱਲਿਆ ਘਰ ਨੂੰ ਘਰੇ ਅਗਰ ਰੋਟੀ ਰੋਟੀ ਖਾ ਕੇ ਨਹਾ ਧੋ ਕੇ ਕੰਮ ਸਾਰੇ ਨਿਬੜੇ ਹੋਏ ਨੇ ਪੱਠੇ ਪੁੱਠੇ ਵੱਢੇ ਹੋਏ ਨੇ ਬੀ ਐਮ ਡਬਲਯੂ ਤੇ ਜਾਂਦੇ ਹਾਂ ਬੋਲਟ ਤੇ ਉਹ ਬੈਠਾ ਚਰਨਾ ਕਿਉਂ ਚਰਨੇ ਚਲਾ ਚਲੀਏ ਘਰ ਨੂੰ ਆਹੋ ਇਹ ਤਾਂ ਹੈਗਾ ਕਿਉਂ ਹਾਂਜੀ ਉੱਧਰ ਟਰੈਕਟਰ ਤਾਂ ਉਸਦਾ ਦੇਖ ਲਿਆ ਹੁਣ ਇੱਧਰ ਆ ਗਿਆ ਆਪਣਾ ਕੋਰੀਅਰ ਆਇਆ ਜੀ ਯਾਰ ਆਪਾਂ ਮੰਗਵਾਇਆ ਸੀ ਬਾਇਓ ਦਾ ਇਹਦੀ ਆਪਾਂ ਐਡ ਊਡ ਨਹੀਂ ਕਰਦੇ ਇਹ ਆਪਾਂ ਆਪਦੇ ਲਈ ਮੰਗਵਾਇਆ ਜੀ ਇਹ ਵਾਇਰਲੈਸ ਮਾਈਕਰੋਫੋਨ ਆ ਹੈ ਨਾ ਮਾਈਕ ਨੇ ਅਤੇ ਇਹ ਮੈਂ ਯੂਜ਼ ਕਰਦਾ ਉਹਨਾਂ ਦਾ ਅਤੇ ਇਹਦੀ ਰੇਂਜ ਹੈਗੀ 20 ਮੀਟਰ ਵੋਇਸ ਕੁਆਲਿਟੀ ਵੀ ਵਧੀਆ ਇਹਦੀ ਅਤੇ ਬਸ ਇਹ ਉਦੋਂ ਹੀ ਥੋੜ੍ਹੀ ਖਰਾਬੀ ਕਰਦੇ ਜਦੋਂ ਆਪਾਂ ਮੋਟਰਸਾਈਕਲ 'ਤੇ ਜਾਂਦੇ ਹੁੰਦੇ ਹਾਂ ਨਾ ਅਤੇ ਮੋਟਰਸਾਈਕਲ 'ਤੇ ਜਾਂਦੇ ਜਦੋਂ ਹਵਾ ਪੈਂਦੀ ਆ ਜਦੋਂ ਵੱਧ ਤੇਜ਼ ਹੋਵੇ ਫਿਰ ਇਹ ਹਵਾ ਵੀ ਨਾਲ ਹੀ ਕਰਦੀ ਆ ਇਕੱਲੇ ਸੈਂਪਲ ਹੀ ਨੇ ਅਤੇ ਇਹਨਾਂ ਦਾ ਬੈਟਰੀ ਪੈਕਅਪ 2 ਘੰਟਿਆਂ ਦਾ ਹੈਗਾ ਸਿੰਗਲ ਚਾਰਜ 'ਤੇ ਅਤੇ ਇਹ ਅਟੈਚ ਕਰਨੇ ਬਾਹਲੇ ਸੌਖੇ ਨੇ ਬਸ ਆਹ ਪੈੱਨ ਆ ਇਹ ਐਂਡਰੋਇਡ 'ਚ ਤਾਂ ਸਿੱਧੀ ਹੁੰਦੀ ਆ ਜਿਵੇਂ ਆਈਫੋਨਾਂ ਲਈ ਉਹਦੇ ਇਹਨਾਂ ਨੇ ਆਹ ਡੱਬੀ ਦਿੱਤੀ ਹੋਈ ਹੈ ਇਸਨੂੰ ਮੈਂ ਦਿਖਾਉਣਾ ਕੱਢ ਲਓ ਨਿਕਲਿਆ ਅਦੇ ਇੱਕਣ ਦਿੱਤੇ ਹੋਏ ਨੇ ਜਿਵੇਂ ਆਹ ਹੋ ਗਿਆ ਅਤੇ ਆਹ ਆਈਫੋਨ ਵਾਲਾ ਹੋ ਗਿਆ ਅਤੇ ਆਹ ਚਾਰਜਿੰਗ ਲਈ ਜੇ ਸਿੱਧਾ ਚਾਰਜ ਕਰਨਾ ਹੋਵੇ ਅਤੇ ਇਹਨੂੰ ਬਸ ਇਹਨੂੰ ਐਂ ਅਟੈਚ ਕਰ ਦਿੰਦਾ ਜਿਵੇਂ ਹੁਣ ਮੇਰਾ ਆਈਫੋਨ ਆ ਇਹਨੂੰ ਬਸ ਇਹਦੇ ਨਾਲ ਅਟੈਚ ਕਰ ਦਿੰਦਾ ਬਸ ਐਂ ਇਹਦੇ ਲਈ ਆਪਾਂ ਨੂੰ ਨਾ ਤਾਂ ਐਪ ਚਾਹੀਦੀ ਆ ਨਾ ਬਲੂਟੁੱਥ ਚਾਹੀਦਾ ਹੈਗਾ ਬਸ ਇਹਨੂੰ ਉੱਥੇ ਸਿੱਧਾ ਜਿੱਥੇ ਆਪਾਂ ਚਾਰਜਿੰਗ ਫੋਨ ਕਰਦੇ ਹਾਂ ਬਸ ਉੱਥੇ ਪਾ ਦੇਣਾ ਹੈਗਾ ਅਤੇ ਮਾਈਕ ਔਨ ਹੋ ਜਾਣਾ ਹੈਗਾ ਹੁਣ ਇਹਦੀ ਤੁਹਾਨੂੰ ਆਵਾਜ਼ ਸੁਣਾਉਂਦੇ ਆ ਕਿੰਨੀ ਦੂਰ ਤੱਕ ਆਉਂਦੀ ਆਵਾਜ਼ ਠੀਕ ਆ ਹੈਲੋ ਆਉਂਦੀ ਆਵਾਜ਼ ਆਵਾਜ਼ ਆਉਂਦੀ ਆ ਅਤੇ ਹੁਣ ਹੋ ਗਿਆ ਆਪਾਂ 10 ਫੁੱਟ 'ਤੇ ਅਤੇ ਆਹ ਹੁਣ ਆਪਾਂ ਹੋ ਗਏ 13 ਫੁੱਟ 'ਤੇ ਅਤੇ ਆਹ ਮੈਕਸੀਮਮ 20 ਫੁੱਟ ਦੀ ਜਗ੍ਹਾ ਵੀ ਆਹ ਜੇ ਇੱਥੇ ਵੀ ਵੋਇਸ ਕੁਆਲਿਟੀ ਵਧੀਆ ਆਉਂਦੀ ਆ ਫਿਰ ਇਹ ਵਧੀਆ ਨੇ ਅਤੇ ਮੈਂ ਕਹਿੰਦਾ ਥੋੜ੍ਹੀ ਦੂਰ ਹੋਰ ਜਾ ਕੇ ਦੇਖਦੇ ਹਾਂ ਇੱਥੇ ਆਉਂਦੀ ਆਵਾਜ਼ ਜਿੱਥੇ ਆਵਾਜ਼ ਉਹਨੂੰ ਹਟ ਗਈ ਸਮਝੋ ਉੱਥੋਂ ਫਿਰ ਹੋ ਜਾਂਦੀ ਹੈ ਹੈਲੋ 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 ਵਧੀਆ ਆਵਾਜ਼ ਆਉਂਦੀ ਹੋ ਅਤੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੈਲੋ ਹਾਂਜੀ ਆਉਂਦੀ ਆਵਾਜ਼ ਇਹ ਆਪਣੇ ਘੱਟੋ ਘੱਟ 20 ਫੁੱਟ ਆ ਥੋੜ੍ਹਾ 30 ਫੁੱਟ 'ਤੇ ਜਾਂਦੇ ਹਾਂ ਕਿਉਂਕਿ ਜਿਹੜੀ ਘਰ ਦੀ ਲੈਂਥ ਆ ਇਹ 30 ਫੁੱਟ ਤੱਕ ਆਪਾਂ ਕਰੀ ਹੋਈ ਆ
ਹੈਲੋ 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 ਹਾਂਜੀ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਇੱਧਰ ਬੈਠਾ ਆਪਣਾ ਕਾਲੂ 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 ਬੋਲ ਲਿਆ ਕਿ 30 ਫੁੱਟ ਹੋ ਜਾਂਦੀ ਜਗ੍ਹਾ। ਅਤੇ ਚਲੋ ਦੇਖੋ। ਹਾਂਜੀ, ਆਵਾਜ਼ ਤਾਂ ਵਧੀਆ ਆਉਂਦੀ, 30 ਕੁ ਫੁੱਟ ਤੱਕਰ ਵਧੀਆ ਆਉਂਦੀ ਹੈ, 30-40 ਫੁੱਟ ਤੱਕਰ। ਅਤੇ ਜਦੋਂ ਨੂੰ ਆਪਾਂ ਡਬਲ ਟੈਪ ਕਰਦੇ, ਜਦੋਂ ਹਰੀ ਜਿਹੀ ਬੱਤੀ ਬਲਿੰਕ ਕਰਦੀ ਹੈ ਨਾ, ਅਤੇ ਫਿਰ ਉਹ ਆਵਾਜ਼ ਆਉਣੋਂ ਹਟ ਜਾਂਦੀ ਆ। ਅਤੇ ਇਹਦਾ ਕਰਕੇ ਨੋਇਜ਼ ਕੈਂਸਲੇਸ਼ਨ ਨਹੀਂ ਹੈਗਾ, ਇਕੱਲਾ ਸੈਂਪਲ ਹੀ ਆ, ਇਕੱਲਾ ਮਾਇਕ ਹੀ ਆ, ਪਰ ਉਹਦੇ ਨਾਲ ਤੁਹਾਡੀ ਵੋਇਸ ਕੁਆਲਿਟੀ ਵਧੀਆ ਆ ਜਾਂਦੀ ਆ। ਕਈ ਵਾਰ ਤੁਸੀਂ ਇਕੱਲਿਆਂ ਨੇ ਸ਼ੂਟ ਕਰਨਾ ਹੈਗਾ, ਅਤੇ ਤੁਸੀਂ ਕਰ ਸਕਦੇ ਹੋ ਆਪਦਾ ਗਿੰਬਲ 'ਤੇ ਲਾ ਕੇ ਫੋਨ ਰੱਖ ਕੇ ਵਗ ਜਾਓ, ਅਤੇ ਦੂਰ ਖੜ੍ਹ ਕੇ ਜਿਵੇਂ ਮਰਜ਼ੀ ਗੱਲਾਂ ਕਰੀ ਜਾਵੋ। ਅਤੇ ਪ੍ਰਾਈਜ਼ ਇਹਦੀ ਕਿੰਨੀ ਆ? ਸਿਰਫ 700 ਰੁਪਈਆ। ਠੀਕ ਆ, 700 ਰੁਪਏ 'ਚ ਆਪਾਂ ਐਮਾਜੋਨ ਤੋਂ ਮੰਗਵਾਇਆ ਸੀ, ਅਤੇ ਇਹ ਤੁਸੀਂ ਬਾਏ ਕਰ ਸਕਦੇ ਹੋ। ਅਤੇ ਇਹਦਾ ਆਹ ਮਾਡਲ ਵਾ BMY 7। ਠੀਕ ਆ, ਇਹਦਾ ਆਹ ਬਾਕਸ ਆ, ਅਤੇ ਇਹਦੇ ਵਿੱਚ ਆਪਾਂ ਨੂੰ ਬਾਹਲਾ ਕੁਛ ਨਹੀਂ ਮਿਲਿਆ ਸੀ। ਅਤੇ ਇੱਕ ਚੀਜ਼ ਹੋਰ ਦੱਸਾਂ, 700 ਰੁਪਏ ਦੇ ਵਿੱਚ ਆਪਾਂ ਨੂੰ 2 ਮਾਈਕ ਮਿਲਦੇ ਨੇ, ਇੱਕ ਇਹ ਮਿਲਦਾ, ਇੱਕ ਹੁਣ ਮੇਰੇ ਲੱਗਿਆ ਹੋਇਆ, ਆਫ ਕਰਿਆ ਹੋਇਆ। ਅਤੇ ਇਹ ਸਿੰਗਲ ਚਾਰਜ ਦਾ 2 ਘੰਟੇ ਲਾ ਦਿੰਦਾ ਹੈਗਾ। ਇੱਕ ਇਹ ਨਾ ਆਪਾਂ ਨੂੰ ਸਕੈਨਰ ਕੋਡ ਜਿਹਾ ਵੀ ਮਿਲਿਆ ਸੀ, ਇਹਦਾ ਆਪਾਂ ਕਿਤੇ ਯੂਜ਼ ਕਰਿਆ ਹੀ ਨਹੀਂ ਹੈਗਾ। ਅਤੇ ਆ ਇਹਨਾਂ ਦੀ ਕਾਪੀ, ਇਹ ਕਿਹੜਾ ਪੜ੍ਹਦਾ ਹੁੰਦਾ ਹੈਗਾ, ਹੈ ਨਾ। ਅਤੇ ਸਾਰੀਆਂ ਗੱਲਾਂ ਛੱਡ ਕੇ ਮਾਇਕ ਵਧੀਆ ਹੈਗਾ, ਕੁਆਲਿਟੀ ਵਧੀਆ ਹੈਗੀ, ਬਸ ਉੱਥੇ ਯੂਜ਼ ਕਰੋ ਜਿੱਥੇ ਥੋੜ੍ਹੀ ਹਵਾ ਘੱਟ ਚੱਲਦੀ ਹੋਵੇ। ਠੀਕ ਆ, ਕਿਉਂਕਿ ਜਦੋਂ ਬੰਦਾ ਨਵਾਂ ਨਵਾਂ ਸ਼ੁਰੂ ਕਰਦਾ ਚੈਨਲ, ਚੀਜ਼ਾਂ ਦੀ ਲੋੜ ਤਾਂ ਪੈਂਦੀ ਰਹਿੰਦੀ ਹੈ ਯਾਰ। ਹੁਣ ਇਹ 700 ਰੁਪਏ ਦਾ ਹੈਗਾ, ਕੀ ਮਾੜਾ ਹੈਗਾ? ਠੀਕ ਆ, ਹੁਣ ਸਾਨੂੰ ਕਿਹੜਾ ਕਿਸੇ ਤੋਂ ਇਨਕਮ ਆਉਂਦੀ ਹੈ, ਪਹਿਲਾਂ ਕੰਮ ਕਰਦੇ ਹਾਂ ਫਿਰ ਇਹਨੂੰ ਖਰੀਦਦੇ ਹਾਂ। ਠੀਕ ਆ, ਬਾਕੀ ਜਿੰਨੇ ਵੀ ਯੂਟਿਊਬਰ ਨੇ ਨਾ, ਸਾਰਿਆਂ ਨੂੰ ਪਹਿਲਾਂ ਉਹਨਾਂ ਨੇ ਆਹ ਚੀਜ਼ 'ਚ ਸ਼ੁਰੂ ਕਰਿਆ ਹੈਗਾ। ਇੱਕ ਸਸਤਾ ਪੈਂਦਾ ਹੈਗਾ, ਹੋਰ ਕੀ ਚਾਹੀਦਾ ਹੈਗਾ, ਸਮਝਦੇ ਹੋ? ਸਸਤਾ ਵੀ ਪੈਂਦਾ ਹੈਗਾ, ਕਿ ਕੁਆਲਿਟੀ ਵੀ ਵਧੀਆ ਹੈਗੀ। ਜੇ ਤੁਸੀਂ 2 ਜਾਣੇ ਹੋ ਆਰਾਮ ਦੇ ਨਾਲ, ਇਹਦੇ ਨਾਲ ਇੱਕ ਉਹ ਲਾ ਲਓ, ਇੱਕ ਤੁਸੀਂ ਲਾ ਲਓ, ਦੋਨਾਂ ਦੀ ਵੋਇਸ ਹੋ ਜਾਂਦੀ ਆ। ਅਤੇ ਦੂਜੇ, ਇੱਕ ਵਾਰੀ ਮੈਂ ਇੱਕ ਬਲੌਗ ਪਾਇਆ ਸੀ ਜਿਹਦੇ ਵਿੱਚ ਮੈਂ ਥੋੜ੍ਹਾ ਪਿੰਡ ਦਾ ਟੂਰ, ਉਹਦੇ ਵਿੱਚ ਜਿਹੜਾ ਘੋੜੀਆਂ ਦਾ ਸੀ, ਉਹ ਇੱਕ ਮੈਂ ਦੂਜੇ ਮੁੰਡੇ 'ਤੇ ਲਾਇਆ ਸੀ, ਇੱਕ ਆਪਦੇ 'ਤੇ ਲਾਇਆ ਸੀ, ਉਹ ਕਹਿੰਦੇ ਮੇਰੇ ਤੋਂ 10-15 ਫੁੱਟ ਸਾਈਡ 'ਤੇ ਬੋਲੀ ਜਾਂਦਾ ਸੀ, ਅਤੇ ਉਹਦੀ ਵੋਇਸ ਵਿੱਚ ਪੂਰੀ ਕਲੀਅਰ ਆਉਂਦੀ ਸੀ। ਠੀਕ ਆ, ਹੁਣ ਆ ਮਾਈਕ ਤਾਂ ਲੱਗਿਆ ਹੀ ਹੋਇਆ ਗਾ, ਅਤੇ ਹੁਣ ਆਪਾਂ ਕਰਦੇ ਹਾਂ, ਇਹ ਤਾਂ ਹੈਗਾ ਸੀ ਇਹਦੇ, ਇਹ ਆਪਾਂ ਕੋਈ ਪ੍ਰਮੋਸ਼ਨ ਨਹੀਂ ਕਰੀ, ਕਿਉਂਕਿ ਇਹ ਤਾਂ ਆਪਣੇ ਯਾਰ ਆਪ ਲਈ ਚੀਜ਼ ਵਧੀਆ ਲੱਗੀ ਆ ਕਿ ਤੁਹਾਨੂੰ ਦੱਸ ਦਈਏ, ਅਤੇ ਉਹਦੇ ਕਰਕੇ ਆਪਾਂ ਤੁਹਾਨੂੰ ਦੱਸਿਆ ਗਾ। ਅਤੇ ਹੁਣ ਡਾਕਟਰ ਨੂੰ ਫੋਨ ਕਰਿਆ ਸੀ ਆਪਾਂ, ਜਿਹਨੇ ਐਂਡੀ ਨੂੰ ਦੇਖਣ ਆਉਣਾ ਗਾ, ਉਹ ਚੰਨੇ ਜਰਦਾ ਹੈਗਾ, ਉਹ ਹੁਣ ਕਹਿੰਦਾ 1.5 ਘੰਟੇ ਨੂੰ ਆਊਗਾ। ਅਤੇ ਹੁਣ ਦੇਖੋ, 1.5 ਘੰਟਾ ਆਪਾਂ ਘਰ ਹੀ ਹਾਂ, ਅਤੇ ਹੈੱਡ ਮਸਾਜ ਕਰਾ ਜਾਂਦੀ ਸੀ, ਨਹਾ ਧੋ ਕੇ ਤਿਆਰ ਹੋ ਕੇ ਬਹਿ ਗਏ, ਸਾਰੇ ਘਰ ਦੇ ਕੰਮ ਕਰੇ ਹੋਏ ਨੇ। ਓਕੇ, ਇਹਨੂੰ ਹੋ ਗਿਆ ਜੀ ਬੁਖਾਰ, 106 ਬੁਖਾਰ ਹੋ ਗਿਆ ਸੀ। ਹੁਣ ਟੀਕੇ ਲਵਾਏ ਨੇ, ਟੀਕੇ ਮੇਰੇ ਹਾਲੇ ਮਸਾਂ ਹੀ ਲਵਾਏ ਨੇ, ਦੰਦੀਆਂ ਵੱਡੀਆਂ ਨੇ ਹਾਲੇ, ਬਚ ਗਿਆ, ਹੁਣ ਪੀਂਦਾ ਪਾਣੀ। ਅਤੇ ਡਾਕਟਰ ਕਹਿੰਦਾ ਕੱਲੂ ਕਹਿੰਦਾ ਫੇਰ ਆਊਂਗਾ ਮੈਂ, ਅਤੇ ਇਹਨੂੰ ਦਿਖਾਊਗਾ, ਚੈੱਕ ਕਰੋ। ਉਹ ਫਿਰ ਜਿਹੜਾ ਰਾਤ ਮੀਂਹ ਪਿਆ ਉਹਦੇ ਕਰਕੇ ਇਹਨੂੰ ਬੁਖਾਰ ਹੋ ਗਿਆ, ਰਾਤ ਮੀਂਹ ਬਹੁਤ ਪਿਆ ਅਤੇ ਹਵਾ ਬਹੁਤ ਚੱਲੀ ਹੈ। ਹਾਂ, ਕਿੱਥੇ ਪਈ ਆ? ਹੁਣ ਇਹਨੂੰ ਦੇਣੀ ਖੰਡ, ਉਹ ਦੂਜੀ ਖੰਡ ਨਹੀਂ ਦੇਣੀ, ਨਾਚੀ ਖੰਡ ਦੇਣੀ ਆ, ਦਿਖਾਉਣੇ ਆ। ਅਤੇ ਮੇਰੀ ਡੱਬੀ ਲਿਆ ਕੇ ਰੱਖੀ ਹੋਈ ਸੀ, ਟਿਕਰੀ ਟਿਕਰੀ ਕਿੱਥੇ ਆ, ਕਿੱਥੇ ਲੱਭਣੀਆਂ ਪੈਂਦੀਆਂ ਨੇ ਆਹ ਪਾਉਣੀ ਉਹਨੂੰ, ਆਹ ਮਿੱਠੀ ਖੰਡ, ਅਸੀਂ ਤਾਂ ਪੰਜਾਬੀ 'ਚ ਮਿੱਠੀ ਖੰਡ ਹੀ ਕਹਿੰਦੇ ਆ। ਅਤੇ ਇਹਨੂੰ ਹੁਣ ਪਾਣੀ 'ਚ ਪਾ ਕੇ ਦੇ ਦੇਣੀ ਆ, ਅਤੇ
ਬੁਖਾਰ ਵਾਲਾ ਸੀ ਉਹਨੂੰ ਵਿਚਾਰੇ ਨੂੰ, ਗੱਲ ਕਰਾਇਆ ਸੀ ਉਲਟੀਆਂ ਨਹੀਂ ਸੀ ਉਹਦੇ ਕਰਕੇ, ਫਿਰ ਉਹਨੂੰ ਵੱਧ ਜਾਣਾ ਸੀ ਪਰ ਵਧਿਆ ਨਹੀਂ ਹੈਗਾ। ਮਾਰਦਾ ਆ ਲਿਆ ਪੀਲਾ, ਇਹਨੂੰ ਮਾਰ ਲਾ ਵਿੱਚ ਕਰ ਲਾ ਲਾ ਇਹਨੂੰ ਰਲਾ ਲਾ, ਟੇਸਟ ਬਦਲ ਜੂ। ਪੀਲਾ ਪੀਲਾ ਡੰਡੀਆਂ ਵੱਢਣ ਮੁੱਕਾ ਜਿਹਾ ਦੇਖਦਾ ਨਹੀਂ ਹੈਗਾ ਨਾ, ਹੋਰ ਖਾ ਲਾ ਬਿੱਠਾ। ਇਹ ਕਹਿੰਦਾ ਬਿੱਠਾ ਹੀ ਬਹੁਤ ਖਾਂਦਾ ਯਾਰ, ਇਹ ਮਸਾ ਟਾਈਟ ਹੈਗਾ। ਚਲੋ ਹੁਣ ਚੱਲਦੇ ਖੇਡਣ, ਖੇਡਣ ਚੱਲਦੇ ਹਾਂ, ਖੇਡਣ ਸਕੂਲ 'ਚ ਚੰਡੇ ਆ ਕ੍ਰਿਕਟ ਖੇਡਣ ਚੱਲਦੇ ਹਾਂ, ਚੱਲਦੇ ਹਾਂ ਖੇਡਣ। ਆਪਦਾ ਬੋਲਟ ਚੱਕ ਲਿਆ ਜੀ, ਬੋਲਟ ਚੱਕ ਕੇ ਹੁਣ ਸਿੱਧਾ ਸਾਨੂੰ ਸਕੂਲ 'ਚ ਮਿਲਦੇ ਹਾਂ। ਓਏ ਓਵਰ ਦੀ ਆ, ਸੱਤ ਸਕੋਰ ਨੇ। ਹਟ ਗਏ ਅਤੇ ਅੱਜ ਦੀ ਬਲੌਗ ਦੀ ਇੱਥੇ ਸਮਾਪਤੀ ਕਰਦੇ ਹਾਂ, ਅਤੇ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਅਗਲੇ ਬਲੌਗ 'ਚ।